ਜਿਨ੍ਹਾਂ ਦੇ ਔਲਾਦ ਤੁਸੀਂ ਕਹ ਲਓ ਵੀ ਹੋਏ ਨਹੀਂ ਰਹੀ ਆ ਦੇਖੋ ਸਾਡੀ ਪੰਜੀਰੀ ਇਹ ਜੀ ਚੀਜ਼ ਆ ਨਾ ਇਹ ਵੀ ਔਲਾਦ ਹੋਣੀ ਹੋਣੀ ਆ ਚਾਹੇ ਕੁਝ ਵੀ ਹੋਇਆ ਹੋਇਆ ਬੱਚੇਦਾਨੀ ਦੇ ਵਿੱਚ ਗਰਮੀ ਔਰ ਬੱਚੇਦਾਨੀ ਦੀ ਕਮਜ਼ੋਰੀ ਇਹ ਮੇਨ ਕਾਰਨ ਹੁੰਦਾ ਜਿਹੜੀ ਇਹ ਮੇਨ ਚ ਇਹ ਪੰਜੀਰੀ ਆ ਉਸੇ ਚੀਜ਼ ਨੂੰ ਦੂਰ ਕਰਦੀ ਆ ਜਿਹਦਾ ਅੰਡਾ ਨਹੀਂ ਬਣਦਾ ਹੈਗਾ ਅੰਡਾ ਨਹੀਂ ਬਣਦਾ ਹੈਗਾ ਉਹਨੂੰ ਦਿਨਾ ਚ ਅੰਡਾ ਬਣਨ ਲੱਗਦਾ ਦੇਖੋ ਆਯੁਰਵੇਦ ਦੇ ਵਿੱਚ ਮੰਨ ਲਓ ਵੀ ਪਹਿਲਾਂ ਕਿਸੇ ਦਾ ਰਸੌਲੀਆਂ ਬਣੀਆਂ ਹੋਈਆਂ ਹਨ ਪਾਣੀ ਵਾਲੀਆਂ ਗੱਠਾਂ ਹੈਗੀਆਂ ਨੇ ਜਾਂ ਬੱਚੇਦਾਨੀ ਦੇ ਵਿੱਚ ਰਸੌਲੀ ਹੈਗੀ ਆ ਜਾਂ ਮਾਸ ਦੀਆਂ ਗੱਠਾਂ ਬਣ ਜੰਦੀਆਂ ਜਾਂ ਕਿਸੇ ਨੂੰ ਮੈਂਸ ਸਹੀ ਤਰੀਕੇ ਨਾਲ ਨਹੀਂ ਮਹਾਵਾਰੀ ਸਹੀ ਤਰੀਕੇ ਨਾਲ ਨਹੀਂ ਆਉਂਦੀ ਜਾਂ ਕਿਸੇ ਨੂੰ ਪਾਣੀ ਪੈਂਦਾ ਪਹਿਲਾਂ ਉਸ ਚੀਜ਼ ਦਾ ਅਸੀਂ ਹੱਲ ਕਰਦੇ ਹਾਂ ਸਹੀ ਢੰਗ ਨਾਲ ਉਸ ਤੋਂ ਬਾਅਦ ਫਿਰ ਪ੍ਰੈਗਨੈਂਸੀ ਦਾ ਹੁੰਦਾ ਹੈ ਜ਼ਿੰਦਗੀ ਦੇ ਤਜਰਬੇ ਦੇ ਵਿੱਚ 48 ਸਾਲ ਦੀ ਲੇਡੀ ਦੇ ਵੀ ਔਰਤ ਦੇ ਬੱਚਾ ਪੈਦਾ ਹੋਇਆ ਹੈਗਾ ਜਿਹੜਾ 48 ਸਾਲ ਦੀ ਉਮਰ ਦੇ ਵਿੱਚ ਵੀ ਉਹਨਾਂ ਦੇ ਗਰਭ ਠਹਿਰਿਆ ਹੈਗਾ ਉਹਨਾਂ ਦਾ ਪਹਿਲਾ ਇੱਕ ਬੇਟਾ ਸਪੈਅਰ ਹੋ ਗਿਆ ਸੀਗਾ ਮੈਂ ਦੇਖੋ ਇੱਕ ਗੱਲ ਕਹੂੰਗਾ ਵੀ ਜਿਹੜਾ ਇਨਸਾਨ ਆਪਣੇ ਸਰੀਰ ਵਾਸਤੇ ਪਰਹੇਜ ਨਹੀਂ ਨਾ ਕਰ ਸਕਦਾ ਉਹ ਦੁਨੀਆ ਪਰ ਜਿਹੜਾ ਜਹਾਜ ਆਇਆ ਨਾ ਜਿਹੜਾ ਨਾ ਆਇਆ ਉਹ ਦੁਨੀਆ ਪਰ ਕਿਸੇ ਵਾਸਤੇ ਵੀ ਕੁਝ ਨਹੀਂ ਕਰ ਸਕਦਾ ਸਾਡੇ ਕੋਲ ਮੁੰਡੇ ਇਦਾਂ ਦੇ ਆਉਂਦੇ ਆ ਫੈਮਿਲੀ ਇਦਾਂ ਦੀ ਆਉਂਦੇ ਕਪਲ ਇਦਾਂ ਦੇ ਆਉਂਦੇ ਆ ਜਿਨ੍ਹਾਂ ਦੇ ਵਿੱਚ ਕੁੜੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੁੰਦੀ ਪਰ ਮੁੰਡਾ ਇੱਕ ਆਪਣੀ ਹੱਦਕ ਦੇ ਮਾਰਾ ਆਪਣੀ ਬੇਇਜ਼ਦੀ ਦੇ ਮਾਰਾ ਟੈਸਟ ਨਹੀਂ ਕਰਵਾਉਂਦਾ ਆਪਣਾ ਸੀਮੈਂਟ ਟੈਸਟ ਨਹੀਂ ਕਰਵਾਉਂਦਾ ਜਦ ਕਿ ਸਿੱਟਾ ਆ ਕੇ ਉੱਥੇ ਨਿਕਲਦਾ ਵੀ ਉਹਦੇ ਸਪਾਰਮ ਅਕਾਊਂਟ ਘਟ ਹੁੰਦੇ ਨੇ ਸ਼ਿਕਰਾਣੂ ਘਟ ਹੁੰਦੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜਿਓ ਰਹਿਮਤ ਟੀਵੀ ਦੇ ਨਾਲ ਤੇ ਮੈਂ ਹਰਵਿੰਦਰ ਖੰਨਾ ਸਵਾਗਤ ਕਰਦਾ ਅੱਜ ਦੀ ਵੀਡੀਓ ਬੜੀ ਖਾਸ ਹੋਣ ਜਾਣ ਵਾਲੀ ਹੈ ਕਿਉਂਕਿ ਅੱਜ ਦੇ ਅਡਵਾਂਸ ਯੁੱਗ ਦੇ ਵਿੱਚ ਜੇ ਆਪਾਂ ਇੱਕ ਇਨਸਾਨ ਦੀ ਗੱਲ ਕਰਦੇ ਆਂ ਜੇ ਆਪਾਂ ਦੇਖਦੇ ਨਾ ਕਿ ਆਪਣੀ ਪੂਰੀ ਜ਼ਿੰਦਗੀ ਕਿਸ ਹਿਸਾਬ ਨਾਲ ਚੱਲਦੀ ਹੈ ਤਾਂ ਉਹਦੇ ਵਿੱਚ ਕੁਝ ਕੁਝ ਦਿਨ ਐਸੇ ਹੁੰਦੇ ਨੇ ਜਿਹੜੇ ਬਹੁਤ ਯਾਦਗਾਰ ਹੁੰਦੇ ਨੇ ਹਰ ਇੱਕ ਇਨਸਾਨ ਵਾਸਤੇ ਮੈਂ ਪਹਿਲੇ ਨੰਬਰ ਤੇ ਜੇ ਗੱਲ ਕਰਾਂ ਤਾਂ ਵਿਆਹ ਦਾ ਦਿਨ ਹਰ ਇੱਕ ਇਨਸਾਨ ਵਾਸਤੇ ਬੜਾ ਉਹ ਹੁੰਦਾ ਕਿ ਯਾਰ ਮੇਰਾ ਯਾਦਗਾਰ ਦਿਨ ਰਿਹਾ ਹੋ ਕਿਉਂਕਿ ਉਹ ਡੇਟ ਕੋਈ ਉਸ ਸ਼ਖਸ ਹੋਊਗਾ ਜਿਹੜਾ ਹੀ ਭੁੱਲਦਾ ਆ ਉਸ ਤੋਂ ਬਾਅਦ ਇੱਕ ਬੜਾ ਇੰਪੋਰਟੈਂਟ ਡੇ ਆਉਂਦਾ ਹੈ ਜਿਹਦੇ ਵਿੱਚ ਜਿਵੇਂ ਆਪਾਂ ਕਹਿੰਦੇ ਨੂੰ ਨਾ ਕਿ ਭਈ ਪ੍ਰਮੋਸ਼ਨ ਹੋ ਗਿਆ ਜਿਵੇਂ ਸਪਸ਼ਟ ਸ਼ਬਦਾਂ ਚ ਹੈਗੇ ਭਈ ਇਹ ਬੰਦੇ ਦਾ ਪ੍ਰਮੋਸ਼ਨ ਹੋ ਗਿਆ ਹੁਣ ਉਦਾਂ ਹੀ ਇੱਕ ਹਰ ਇੱਕ ਇਨਸਾਨ ਦੇ ਇੱਕ ਬੜਾ ਮਹੱਤਵਪੂਰਨ ਦਿਨ ਹੁੰਦਾ ਬਹੁਤ ਉਮੀਦਾਂ ਨਾਲ ਉਹ ਇਨਸਾਨ ਉਹ ਜੋੜਾ ਉਡੀਕ ਕਰਦਾ ਹੁੰਦਾ ਇੱਕ ਬੱਚੇ ਦੀ ਬੱਚੇ ਦੀ ਉਡੀਕ ਕਰਦਾ ਹੁੰਦਾ ਬੜੇ ਚਾਵਾਂ ਨਾਲ ਅਗਲਾ ਸੋਚਦਾ ਕਿ ਯਾਰ ਮੇਰੇ ਬੱਚੇ ਹੋਣਗੇ ਮੈਂ ਉਹਨਾਂ ਦਾ ਨਾਮ ਆ ਰੱਖੂ ਆ ਫਲਾਣੇ ਸਕੂਲ ਚ ਪੜਾਉ ਆ ਉਹਨਾਂ ਦਾ ਭਵਿੱਖ ਇਦਾਂ ਸੈੱਟ ਕਰੂੰਗੀ ਕਿ ਕੋਈ ਵੀ ਇਨਸਾਨ ਹੋਵੇ ਜੇ ਵਿਆਹ ਤੋਂ ਬਾਅਦ ਅਗਲਾ ਫਿਰ ਕੰਮ ਕਰਨਾ ਪਹਿਲਾਂ ਥੋੜਾ ਟਾਈਮ ਆਪਣੀ ਪਤਨੀ ਬਾਰੇ ਸੋਚਦਾ ਹੈ ਫਿਰ ਆਪਣੇ ਬੱਚਿਆਂ ਬਾਰੇ ਸੋਚਦਾ ਹੋਰ ਉਹ ਕੁਝ ਵੀ ਨਹੀਂ ਸੋਚਦਾ ਉਹ ਸੋਚਦਾ ਕਿ ਬਸ ਮੈਂ ਆਪਣੇ ਪਰਿਵਾਰ ਦਾ ਸਾਥ ਨਾਲ ਰਹਾ ਉਹਨਾਂ ਨੂੰ ਪਾਲਾਂ ਉਹਨਾਂ ਨੂੰ ਵਧੀਆ ਰੱਖਾਂ ਪਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਐਸੇ ਕੇਸ ਆ ਰਹੇ ਨੇ ਜਿਵੇਂ ਕਿ ਆਪਾਂ ਗੱਲ ਕਰ ਲਈਏ ਕਿ ਜੋੜਿਆਂ ਦੇ ਵਿੱਚ ਜਿਹੜਾ ਆ ਬੇਔਲਾਦ ਹੋਣਾ ਬੱਚੇ ਪੈਦਾ ਨਹੀਂ ਹੋ ਰਹੇ ਪਤਾ ਨਹੀਂ ਬਹੁਤ ਐਡਵਾਂਸ ਵੀ ਹੋ ਗਏ ਬਹੁਤ ਵਧੀਆ-ਵਧੀਆ ਚੀਜ਼ਾਂ ਬਹੁਤ ਚੁਣ-ਚੁਣ ਕੇ ਖਾਣ ਵੀ ਲੱਗ ਗਏ ਬਹੁਤ ਸਹੂਲਤਾਂ ਵੀ ਆ ਗਈਆਂ ਪਰ ਇਹ ਗਿਣਤੀ ਬਹੁਤ ਵੱਧ ਰਹੀ ਹੈ ਬਹੁਤ ਐਸੇ ਆਪਾਂ ਗੱਲ ਕਰ ਲਈਏ ਬਹੁਤ ਐਸੇ ਜੋੜੇ ਨੇ ਜਿਨ੍ਹਾਂ ਨੂੰ ਸਿਰਫ ਇਹੀ ਉਡੀਕ ਹੈ ਕਿ ਸਾਡੇ ਘਰੇ ਕਲਕਾਰੀ ਗੂੰਜੇ ਬੱਚਾ ਆਵੇ ਬਹੁਤ ਕੁਝ ਦੇਖਣਾ ਪੈਂਦਾ ਵਿਆਹ ਤੋਂ ਬਾਅਦ ਵੀ ਕੁੜੀ ਨੂੰ ਵੀ ਤੇ ਮੁੰਡੇ ਨੂੰ ਵੀ ਪਰ ਅੱਜ ਇੱਕ ਐਸਾ ਸਮਾਧਾਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਅੱਜ ਅਸੀਂ ਸੰਘੋਲ ਪਿੰਡ ਉੱਚਾ ਪਿੰਡ ਸੰਘੋਲ ਦੇ ਵਿੱਚ ਬੈਠੇ ਆਂ ਸਾਡੇ ਨਾਲ ਡਾਕਟਰ ਜਗਰੂਪ ਸਿੰਘ ਪੰਗੂ ਜੀ ਹੋਣਗੇ ਬੇਔਲਾਦ ਜਿਵੇਂ ਕਹਿ ਦਈਏ ਕਿ ਬੱਚੇ ਦੀ ਕਾਮਨਾ ਰੱਖਣ ਵਾਲੇ ਇਹ ਵੀਡੀਓ ਜ਼ਰੂਰ ਦੇਖਣ ਸਾਡਾ ਡਾਕਟਰ ਸਾਹਿਬ ਨੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਕਿਵੇਂ ਹੋ ਠੀਕ ਠਾਕ ਜੀ ਬਹੁਤ ਮਿਹਰਬਾਨੀ ਤੁਹਾਡੀ ਮੈਂ ਡਾਕਟਰ ਸਾਹਿਬ ਸ਼ੁਰੂਆਤ ਦੇ ਵਿੱਚ ਇੱਕ ਗੱਲ ਕਹੀ ਕਿ ਭਈ ਬੜਾ ਇੰਪੋਰਟੈਂਟ ਦਿਨ ਹੁੰਦਾ ਇਹ ਹਰ ਕੋਈ ਜੇ ਆਪਾਂ ਇਨਸਾਨ ਦੀ ਗੱਲ ਕਰਦੇ ਆਂ ਵੇਟ ਕਰਦਾ ਇੰਤਜ਼ਾਰ ਕਰਦਾ ਲੰਮਾ ਇੰਤਜ਼ਾਰ ਪਰ ਬੇਔਲਾਦ ਰਹਿ ਜਾਂਦੇ ਨੇ ਬਹੁਤ ਗਿਣਤੀ ਵਧ ਰਹੀ ਆ ਕਿਉਂ ਦੇਖੋ ਇਹਦੇ ਕਾਰਨ ਹੈਗੇ ਜਿਹੜੇ ਕੁਦਰਤ ਨੇ ਇੱਕ ਬੰਦਾ ਇੱਕ ਔਰਤ ਬਣਾਇਆ ਉਦਾ ਕਾਰਨ ਹੈ ਵੀ ਵੰਸ਼ ਨੂੰ ਅੱਗੇ ਵਧਾਉਣਾ ਜਨਰੇਸ਼ਨ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਜਾਨਵਰਾਂ ਚ ਲਾ ਲੋ ਚ ਇਨਸਾਨਾਂ ਚ ਲਾ ਲੋ ਅੱਜ ਦੇ ਸਮੇਂ ਚ ਸਾਇੰਸ ਦਾ ਜੋਗ ਆ ਗਿਆ ਇਨਸਾਨ ਕੁਦਰਤ ਨਾਲੋਂ ਪਿੱਛੇ हट ਗਿਆ ਠੀਕ ਹੈ ਜੀ ਜਦ ਸਟ੍ਰੈਸ ਲੈਵਲ ਇੰਨਾ ਜ਼ਿਆਦਾ ਵਧਣ ਲੱਗ ਗਿਆ ਵੀ ਉਹਦੇ ਕਰਕੇ ਜਿਹੜਾ ਹੈਗਾ ਹਾਰਮੋਨ ਇੰਬੈਲੈਂਸ ਇੰਨੇ ਹੋਣ ਲੱਗੇ ਉਹਦੇ ਕਰਕੇ ਬੇ ਇਲਾਜ ਜਿਹੜਾ ਹੈਗਾ ਜੋੜਿਆਂ ਨੂੰ ਇਲਾਜ ਨਹੀਂ ਹੋ ਰਹੀ ਉਹਦਾ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਅੱਜ ਦੇ ਸਮੇਂ 'ਚ ਦੇਖੋ ਹਾਲਾਤ ਇੰਨੇ ਕੁ ਮਾੜੇ ਹੋ ਚੁੱਕੇ ਨੇ ਜਦੋਂ ਕਿਸੇ ਫੈਮਿਲੀ ਦੇ ਵਿੱਚ ਕਿਸੇ ਮੁੰਡੇ ਦਾ ਕੁੜੀ ਦਾ ਵਿਆਹ ਹੁੰਦਾ ਠੀਕ ਹੈ ਜੀ ਉਹਦੇ ਵਿੱਚ ਸਟ੍ਰੈਸ ਲੈਵਲ ਇੱਕ ਤਣਾਅ ਇੰਨਾ ਕੋ ਹੁੰਦਾ ਹੈ ਉਹਦੇ ਘਰਦਿਆਂ ਦਾ ਜ਼ਿਆਦਾ ਹੁੰਦਾ ਅਸੀਂ ਇਦਾਂ ਦੇ ਦੇਖਦੇ ਆ ਨਾ ਤੇ ਤੁਸੀਂ ਦੇਖ ਲਓ ਵੀ ਕਹ ਲਓ ਵੀ ਮਹੀਨਾ ਹੋ ਗਿਆ ਵਿਆਹ ਨੂੰ 2 ਮਹੀਨੇ ਹੋ ਗਏ ਤਾਂ ਉਹਦੇ ਘਰ ਦੇ ਇੱਕ ਨੂੰ ਸਵਾਲ ਕਰਨ ਲੱਗ ਜਾਂਦੇ ਨੇ ਵੀ ਪ੍ਰੈਗਨੈਂਸੀ ਕਿਉਂ ਨਹੀਂ ਹੋ ਰਹੀ ਸਾਡੀ ਨੂੰ ਦੇ ਬੱਚਾ ਕਿਉਂ ਨਹੀਂ ਹੋ ਰਿਹਾ ਪਰ ਅੱਜ ਦੇ ਫੈਸ਼ਨ ਦੇ ਯੁੱਗ ਦੇ ਵਿੱਚ ਕੀ ਆ ਜਿਹੜੀ ਨੌਜਵਾਨ ਜਨਰੇਸ਼ਨ ਹੈ ਉਹ ਕੀ ਕਰ ਰਹੀ ਆ ਵੀ ਨਾ ਅਸੀਂ ਹਜੇ 2 ਸਾਲ 3 ਸਾਲ ਵੇਟ ਕਰਦੇ ਆਂ ਵੀ ਅਸੀਂ ਆਪਣੀ ਜੀਵਨ ਦਾ ਹੈ ਕਿਹੜਾ ਬਯੰਤਾ ਜੀਵਨ ਦਾ ਆਨੰਦ ਮਾਣਨਾ ਜਾਂ ਕੁਛ ਉਹਦੇ ਮੱਦੇ ਨਜ਼ਰ ਦੇ ਵਿੱਚ ਤੁਸੀਂ ਦੇਖੋ ਵੀ ਉਹ ਕਿੰਨੇ ਗਲਤ ਪਾਸੇ ਨੂੰ ਜਾਂਦੇ ਨੇ ਉਹ ਗਰਭ ਨਿਰੋਧਕ ਜਿਹੜੀਆਂ ਗੋਲੀਆਂ ਖਾਂਦੇ ਨੇ ਜਾਂ ਹੋਰ ਬਹੁਤ ਤਰ੍ਹਾਂ ਦੇ ਉਪਾਅ ਜਿਹੜੇ ਅਪਣਾਉਂਦੇ ਆਂ ਪਰ ਅਣਜਾਣੇ ਮਤ ਦੇ ਵਿੱਚ ਅਣਜਾਣੀ ਉਮਰ ਦੇ ਵਿੱਚ ਉਹ ਗਲਤ ਡਿਸੀਜਨ ਜਾਂ ਬਾਇ ਚਾਂਸ ਪ੍ਰੈਗਨੈਂਸੀ ਹੋ ਵੀ ਜਾਂਦੀ ਆ ਉਹਨੂੰ ਫਿਰ ਆ ਕਹਿ ਲੋ ਵੀ ਨਾ ਚਾਹੁੰਦੇ ਹੋਏ ਗਰਭਪਾਤ ਕਰਵਾਉਣਾ ਪੈ ਜਾਂਦਾ ਕਰਵਾਉਂਦੇ ਵੀ ਨੇ ਠੀਕ ਹੈ ਜਦੋਂ ਕਰਵਾਉਂਦੇ ਨੇ ਤੁਸੀਂ ਇਹ ਦੇਖੋ ਜੀ ਇੱਕ ਬੱਚੇ ਦੀ ਅੰਨੀ ਦੇ ਨਾਲ ਠੇਸ ਪਜਾਉਣੀ ਆਪਾਂ ਨੂੰ ਇੱਕ ਤੋੜ ਕੇ ਅਬਾਰਟ ਕਰਨਾ ਤੇ ਕਿਤੇ ਨਾ ਕਿਤੇ ਜਾ ਕੇ ਤਾਂ ਨੁਕਸ ਪੈਂਦਾ ਹੀ ਹੈ ਜੀ ਡਾਕਟਰ ਸਾਹਿਬ ਗੱਲ ਕਰੀਏ ਨਾ ਜ਼ਿਆਦਾਤਰ ਨੌਜਵਾਨ ਜਾਂ ਜ਼ਿਆਦਾਤਰ ਐਸੇ ਜੋੜੇ ਇਹ ਗੱਲ ਸ਼ੇਅਰ ਨਹੀਂ ਕਰਦੇ ਬਿਲਕੁਲ ਜੀ ਦੱਸਦੇ ਨਹੀਂ ਆਪਣੇ ਆਪ ਨੂੰ ਜਿਵੇਂ ਬੰਦਾ ਬੇਸ਼ੱਕ ਦੇਖਣ ਚ ਬੜਾ ਤੰਦਰੁਸਤ ਲੱਗਦਾ ਕਿ ਲਾਇ ਕੋਈ ਗੱਲ ਹੀ ਨਹੀਂ ਪਰ ਫੇਰ ਵੀ ਗੱਲ ਸ਼ੇਅਰ ਨਹੀਂ ਕਰਨੀ ਕਿ ਪਤਾ ਨਹੀਂ ਸਮਾਜ ਮੈਨੂੰ ਕਿਸ ਨਜ਼ਰੀਆ ਨਾਲ ਦੇਖੂਗਾ ਪਤਾ ਨਹੀਂ ਮੈਂ ਕਿਹਦੇ ਨਾਲ ਸ਼ੇਅਰ ਕਰਾਂ ਮੈਂ ਕਿਤੇ ਯਕੀਨ ਕਰਾਂ ਇਹ 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 ਚੀਜ਼ ਵੀ ਕਹਿੰਦੇ ਬਹੁਤ ਵੱਡਾ ਫੈਕਟਰ ਆ ਇਸ ਚੀਜ਼ ਦੇ ਵਿੱਚ ਬਿਲਕੁਲ ਜੀ ਬਹੁਤ ਫੈਕਟਰ ਆ ਇੱਕ ਤਾਂ ਦੇਖੋ ਇਹ ਹੈ ਹਨਾ ਮੰਨ ਲਓ ਅੱਜ ਕੱਲ੍ਹ ਜ਼ਿਆਦਾਤਰ ਪ੍ਰੋਬਲਮ ਤੁਸੀਂ ਦੇਖੋ ਵੀ ਨਸ਼ਾ ਇੰਨਾ ਵੱਧ ਗਿਆ ਸਾਡੇ ਮੁਲਕ ਦੇ ਵਿੱਚ ਜ਼ਿਆਦਾਤਰ ਮੁੰਡਿਆਂ ਦੇ ਵਿੱਚ ਇੰਨੀ ਦਿੱਕਤ ਆ ਰਹੀ ਹੈ ਇੱਕ ਤਾਂ ਉਹਦੇ ਘਰ ਦੇ ਇੱਕ ਕੁੜੀ ਵਾਲੇ ਪਰਿਵਾਰ ਅੱਗੇ ਜਾਂ ਇੱਕ ਆਪਣੀ ਨੋ ਅੱਗੇ ਝੋਕਣ ਤੋਂ ਉਹ ਕਰਦੇ ਆ ਵੀ ਹਾਂ ਸਾਡੇ ਮੁੰਡੇ ਨੂੰ ਝੋਕਣਾ ਪਊਗਾ ਜਾਂ ਸਾਡੀ ਫੈਮਿਲੀ ਨੂੰ ਝੋਕਣਾ ਪਊਗਾ ਜੇ ਸਾਡੇ ਮੁੰਡੇ 'ਚ ਸਮੱਸਿਆ ਆਉਂਦੀ ਹੈ ਸਾਡੇ ਕੋਲ ਮੁੰਡੇ ਇਦਾਂ ਦੇ ਆਉਂਦੇ ਆ ਫੈਮਿਲੀ ਇਦਾਂ ਦੀ ਆਉਂਦੇ ਕਪਲ ਇਦਾਂ ਦੇ ਆਉਂਦੇ ਆ ਜਿਨ੍ਹਾਂ ਦੇ ਵਿੱਚ ਕੁੜੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੁੰਦੀ ਪਰ ਮੁੰਡਾ ਇੱਕ ਆਪਣੀ ਹੱਦਕ ਦੇ ਮਾਰਾ ਆਪਣੀ ਬੇਜ਼ਦੀ ਦੇ ਮਾਰਾ ਟੈਸਟ ਨਹੀਂ ਕਰਵਾਉਂਦਾ ਆਪਣਾ ਸੀਮਨ ਟੈਸਟ ਨਹੀਂ ਕਰਵਾਉਂਦਾ ਜਦ ਕਿ ਸਿੱਟਾ ਆ ਕੇ ਉੱਥੇ ਨਿਕਲਦਾ ਵੀ ਉਹਦੇ ਸਪਰਮ ਅਕਾਊਂਟ ਘੱਟ ਹੁੰਦੇ ਨੇ ਸ਼ਕਰਾਣੂ ਘੱਟ ਹੁੰਦੇ ਨੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਰੀਰਕ ਕਮਜ਼ੋਰੀ ਬਹੁਤ ਹੁੰਦੀ ਹੈ ਠੀਕ ਹੈ ਜੀ ਇਹ ਅੱਜ ਕੱਲ ਇਦਾਂ ਦੇ ਪਰ ਇੱਕ ਦੂਜਾ ਮੁੱਦਾ ਇੱਥੇ ਆ ਕੇ ਬਹੁਤ ਟਿਕਦਾ ਚਲੋ ਕਈ ਵਾਰੀ ਹੁੰਦਾ ਜੋੜਿਆਂ ਦੇ ਵਿੱਚ ਵੀ ਨਹੀਂ ਅਸੀਂ ਇੱਕ ਦੋ ਸਾਲ ਬੱਚਾ ਨਹੀਂ ਲੈਣਾ ਉੱਥੇ ਆ ਕੇ ਨਾ ਇੱਕ ਸਟ੍ਰੈਸ ਲੈਵਲ ਪੈਦਾ ਹੁੰਦਾ ਉਹ ਕਿਵੇਂ ਦਾ ਹੁੰਦਾ ਇਹ ਮੈਂ ਰੋਜ਼ ਦੇਖਦਾ ਰੋਜ਼ ਪਤਾ ਨਹੀਂ ਕਿੰਨੇ ਕੁ ਜੋੜੇ ਸਾਨੂੰ ਆ ਕੇ ਕਹਿੰਦੇ ਨੇ ਜੀ ਸਾਡੀ ਫੈਮਿਲੀ ਸਾਨੂੰ ਇਦਾਂ ਕਹਿੰਦੀ ਆ ਸਾਡੇ ਰਿਸ਼ਤੇਦਾਰ ਕਹਿੰਨੇ ਆ ਵੀ ਬੱਚਾ ਕਿਉਂ ਨਹੀਂ ਹੋ ਰਿਹਾ ਯਾਰ ਅਸੀਂ ਕਿਸੇ ਦੇ ਮੋਢਿਆਂ ਦੇ ਸਹਾਰੇ ਜਾਂ ਕਿਸੇ ਦੀਆਂ ਲੱਤਾਂ ਦੇ ਸਹਾਰੇ ਜ਼ਿੰਦਗੀ ਥੋੜੀ ਕੱਢਣੀ ਆ ਅਸੀਂ ਆਪਣੇ ਸਾਰੇ ਜ਼ਿੰਦਗੀ ਕੱਢਣੀ ਆ ਠੀਕ ਹੈ ਜੇ ਤੁਸੀਂ ਦੁਨੀਆ ਦੀ ਸੁਣੋਂਗੇ ਠੀਕ ਹੈ ਨਾ ਤੁਸੀਂ ਆਪਣੇ ਸਾਰੇ ਕੀ ਜੀ ਰਹੇ ਹੋ ਫਿਰ ਆਪਣੇ ਦੇ ਆਪਣੀ ਜ਼ਿੰਦਗੀ ਤਾਂ ਤੁਸੀਂ ਕੱਟੇ ਨਹੀਂ ਰਹੇ ਜੇ ਤੁਸੀਂ ਦੂਜਿਆਂ ਦੀਆਂ ਗੱਲਾਂ ਸੁਣ ਕੇ ਹਾਂ ਵੀ ਇਹ ਨਹੀਂ ਹੋ ਗਿਆ ਤੁਹਾਡੇ ਇਹ ਨਹੀਂ ਹੋਇਆ ਤੁਹਾਡੇ ਵਾਹ ਨਹੀਂ ਹੋਇਆ ਠੀਕ ਹੈ ਉਹਨੂੰ ਤੁਸੀਂ ਆਪਣੀ ਜ਼ਿੰਦਗੀ ਦਾ ਤਾਂ ਆਨੰਦ ਲੈ ਨਹੀਂ ਰਹੇ ਠੀਕ ਹੈ ਦੂਜੇ ਪਾਸੇ ਦੇਖੋ ਇੱਕ ਅੱਜ ਕੱਲ ਬਹੁਤ ਉਹ ਤੁਰਿਆ ਹੋਇਆ ਸਮਾਜ ਦਾ ਤੁਸੀਂ ਕਹੋ ਵੀ ਔਰਤ ਦੇ ਨਾਲ ਔਰਤ ਪਹਿਲਾਂ ਤੋਂ ਹੀ ਗਿਲਾ ਜਾਂ ਧੱਕਾ ਕਰਦੀ ਸ਼ੁਰੂ ਤੋਂ ਹੀ ਆਉਂਦੀ ਹੈ ਸਾਡੇ ਦੇਖੋ ਜੋੜਿਆਂ ਦੇ ਵਿੱਚ ਹਨਾ ਐਦਾ ਵੀ ਸੱਸਾਂ ਨੇ ਆਪਣੀਆਂ ਨੂੰਹਾਂ ਨੂੰ ਘਰੋਂ ਵੀ ਕੱਢਿਆ ਹੋਇਆ ਔਲਾਦ ਦੇ ਚੱਕਰ 'ਚ ਵੀ ਤੇਰੇ ਔਲਾਦ ਨਹੀਂ ਹੋ ਰਹੀ ਮੇਰੇ ਕੋਲ ਐਦਾਂ ਦੇ ਵੀ 17-18 ਜੋੜੇ ਹੁਣ ਤੱਕ ਐਦਾਂ ਦੇ ਆ ਚੁੱਕੇ ਨੇ ਜਿਹੜੀਆਂ ਉਹਨਾਂ ਨੇ ਸਾਡਾ ਇੰਨਾ ਧੰਨਵਾਦ ਕੀਤਾ ਪ੍ਰੈਗਨੈਂਸੀ ਹੋਣ ਤੋਂ ਬਾਅਦ ਵੀ ਸਾਨੂੰ ਘਰ ਤੋਂ ਇੱਕ ਕਹਿ ਲੋ ਵੀ ਦੇਸ਼ ਨਕਾਲਾ ਦੇ ਦੰਨੇ ਜਿਵੇਂ ਵੀ ਉਵੇਂ ਸਾਨੂੰ ਘਰ ਤੋਂ ਕੱਢਦਾ ਸੀਗਾ ਮੇਰੀ ਸੱਸ ਨੇ ਵੀ ਹੁਣ ਮੇਰੇ ਪ੍ਰੈਗਨੈਂਸੀ ਹੋ ਗਈ ਉਹਨਾਂ ਦੇ ਚਿਹਰੇ ਪਰ ਨੂਰ ਆ ਜਾਂਦਾ ਇੱਕ ਤਰ੍ਹਾਂ ਦੀ ਖੁਸ਼ੀ ਦੀ ਲਹਿਰ ਵੀ ਪਤਾ ਨਹੀਂ ਸਾਨੂੰ ਕੀ ਮਿਲ ਗਿਆ ਵੀ ਹੁਣ ਕਹਿੰਦੇ ਉਹੀ ਸਾਡੀਆਂ ਸੱਸਾਂ ਸਾਡੇ ਪੈਰ ਧੋ ਤੋਕੇ ਪਿੰਦੀਆਂ ਨੇ ਦੇਖੋ ਕਿਦਾਂ ਦੀ ਸੋਚ ਗਿਰ ਚੁੱਕੀ ਹੈ ਉਹਨਾਂ ਦੀ ਸਮਾਜ ਦੀ ਸਾਡੇ ਦੀ ਵੀ ਇੱਕ ਔਲਾਦ ਪਿੱਛੇ ਜਿਹੜੀ ਚੀਜ਼ ਅੱਜ ਤੱਕ ਸਾਡੇ ਕੋਲ ਆਈ ਹੋ ਨਹੀਂ ਅਸੀਂ ਉਹਦੇ ਪਿੱਛੇ ਲੜੀ ਜਾਂਦੇ ਆ। ਐਦਾਂ ਦੇ ਹਾਲਾਤ ਬਣ ਚੁੱਕੇ ਨੇ। ਜੇ ਡਾਕਟਰ ਸਾਹਿਬ ਆਯੁਰਵੇਦ ਵੱਲੋਂ ਦੇਖਦੇ ਆ ਤਾਂ ਕੀ ਕੀ ਇਲਾਜ ਆ ਆਪਣੇ ਕੋਲ ਕੀ ਇਲਾਜ ਆ? ਦੇਖੋ ਆਯੁਰਵੇਦ ਦੇ ਵਿੱਚ ਮੰਨ ਲਓ ਵੀ ਪਹਿਲਾਂ ਕਿਸੇ ਦਾ ਰਸੌਲੀਆਂ ਬਣੀਆਂ ਹੋਈਆਂ ਆ, ਪਾਣੀ ਵਾਲੀਆਂ ਗੱਠਾਂ ਹੈਗੀਆਂ ਨੇ ਜਾਂ ਬੱਚੇਦਾਨੀ ਦੇ ਵਿੱਚ ਰਸੌਲੀ ਹੈਗੀ ਆ ਜਾਂ ਮਾਸ ਦੀਆਂ ਗੱਠਾਂ ਬਣ ਜਾਂਦੀਆਂ ਜਾਂ ਕਿਸੇ ਨੂੰ ਮੈਂਸ ਸਹੀ ਤਰੀਕੇ ਨਹੀਂ ਮਹਾਵਾਰੀ ਸਹੀ ਤਰੀਕੇ ਨਾਲ ਨਹੀਂ ਆਉਂਦੀ ਜਾਂ ਕਿਸੇ ਨੂੰ ਪਾਣੀ ਪੈਂਦਾ। ਪਹਿਲਾਂ ਉਸ ਚੀਜ਼ ਦਾ ਅਸੀਂ ਹੱਲ ਕਰਦੇ ਆ ਸਹੀ ਢੰਗ ਨਾਲ। ਉਸ ਤੋਂ ਬਾਅਦ ਫਿਰ ਪ੍ਰੈਗਨੈਂਸੀ ਦਾ ਹੁੰਦਾ ਇੱਕ ਅਸੀਂ ਦੇਖੋ ਜੀ ਸਪੈਸ਼ਲ ਬਹੁਤ ਤਿਆਰ ਚੀਜ਼ ਤਿਆਰ ਕੀਤੀ ਹੋਈ ਹੈ ਹੁਣ ਤੱਕ ਸਾਡੇ ਕੋਲ ਬਹੁਤ ਹੀ ਜੋੜੇ ਜਿਹੜੇ ਹੈਗੇ 2300 ਜੋੜਾ ਸਾਡੇ ਕੋਲ ਹੁਣ ਤੱਕ ਲਾਭ ਲੈ ਚੁੱਕਿਆ 2300 ਜੋੜਾ ਆ ਚੁੱਕਿਆ ਜੇ ਉਹਨਾਂ ਨੂੰ ਮਿਲਾਣਾ ਹੋਵੇ ਮਿਲਾ ਦੋਗੇ ਫਿਰ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਰਦਾ ਅਸੀਂ ਨੰਬਰ ਦੇ ਦਿੰਨੇ ਆ ਉਹਨਾਂ ਦਾ ਦਵਾਂਗੇ ਪਰ ਤੁਸੀਂ ਦੇਖੋ ਅੱਜ ਦਾ ਦੌਰ ਇੱਕ ਡਾਕਟਰਾਂ ਦਾ ਦੌਰ ਬਣਿਆ ਹੋਇਆ ਮੜਾ ਜਾਂ ਕਿਸੇ ਨੂੰ ਠੀਕ ਹੋਇਆ ਜਾਂ ਕੁਝ ਹੋਇਆ ਹੁਣ ਮੇਰੇ ਵਰਗਾ ਚੱਕ ਕੇ ਕਿਸੇ ਨੂੰ 500 ਰੁਪਏ ਦੇ ਕੇ ਇੱਥੇ ਬਿਠਾ ਦੇਵੇ ਉਹ ਗੱਲ ਵਧੀਆ ਨਹੀਂ ਹੈਗੀ ਜਾਂ ਕਿਸੇ ਜੋੜੇ ਦੀਆਂ ਫੋਟੋਆਂ ਦਿਖਾਵੇ ਯਾਰ ਅਸੀਂ ਮਰੀਜ਼ ਠੀਕ ਕਰਦੇ ਆਂ ਅਸੀਂ ਲੋਕਾਂ ਦੀ ਪ੍ਰਦਰਸ਼ਨੀ ਥੋੜੀ ਲਾਉਣੀ ਹੈ ਲੋਕਾਂ ਦੀ ਨਮਾਇਸ਼ ਥੋੜੀ ਲਾਉਣੀ ਹੈ ਮਰੀਜ਼ਾਂ ਦੀ ਆਪਣੇਆਂ ਦੀ ਠੀਕ ਹੈ ਜੀ ਹੁਣ ਕਿਸੇ ਦੀ ਅਸੀਂ ਵੀਡੀਓ ਬਣਾ ਕੇ ਪਾ ਦਈਏ ਜੀ ਆਹ ਪਾ ਦਈਏ ਉਹ ਇੱਕ ਡਾਕਟਰ ਵਾਸਤੇ ਉਹ ਗੱਲਾਂ ਵਧੀਆ ਨਹੀਂ ਹੈਗੀਆਂ ਡਾਕਟਰ ਕਰਦੇ ਆਂ ਅੱਜ ਕੱਲ ਆਪਣੀ ਉਹਦੇ ਵਾਸਤੇ ਵੀ ਹਾਂ ਆ ਦੇਖੋ ਅਸੀਂ ਐ ਕਰਤਾ ਐ ਕਰਤਾ ਪੀਜੀਆਈ ਚ ਲੋਕ ਐਨੇ ਰੋਜ਼ ਠੀਕ ਹੁੰਦੇ ਨੇ ਐ ਤਾਂ ਫਿਰ ਪੀਜੀਆਈ ਵੀਡੀਓ ਬਣਾ ਬਣਾ ਕੇ ਪਾਉਣ ਲੱਗਿਆ ਫਿਰ ਤਾਂ ਬਹੁਤ ਹੋ ਗਿਆ ਕੰਮ ਹੋ ਗਿਆ ਕੰਮ ਨਹੀਂ ਫਿਰ ਮੈਂ ਇੱਕ ਚੀਜ਼ ਦੇਖ ਪਾ ਰਿਹਾ ਇਹ ਇਹ ਕੀ ਚੀਜ਼ ਹੋਈ ਜੀ ਫਿਰ ਇਹ ਦੇਖੋ ਜੀ ਜਿਨ੍ਹਾਂ ਦੇ ਔਲਾਦ ਤੁਸੀਂ ਕਹਿ ਲੋ ਵੀ ਹੋਏ ਨਹੀਂ ਰਹੀ ਆਹ ਦੇਖੋ ਸਾਡੀ ਪੰਜੀਰੀ ਇਹ ਜੀ ਚੀਜ਼ ਆ ਨਾ ਇਹ ਵੀ ਔਲਾਦ ਹੋਣੀ ਹੋਣੀ ਆ ਚਾਹੇ ਕੁਝ ਵੀ ਹੋਇਆ ਹੋਇਆ ਇਦਾਂ ਦੇ ਹਾਂ ਇਦਾਂ ਦੇ ਤਤਾਂ ਸਾਡੇ ਪੁਰਾਣੇ ਬਜ਼ੁਰਗਾਂ ਨੇ ਜਿਹੜੇ ਪੁਰਾਣੇ ਵੈਦਾਂ ਨੇ ਉਹਨਾਂ ਨੇ ਮਿਹਨਤਾਂ ਲਾ ਲਾ ਕੇ 100-100 ਸਾਲ ਦੀਆਂ ਮਿਹਨਤਾਂ ਲਾ ਲਾ ਕੇ ਪੁਰਾਣੇ ਗ੍ਰੰਥਾਂ ਚੋਂ ਪੜ੍ਹ-ਪੜ੍ਹ ਕੇ ਚੀਜ਼ਾਂ ਪੈਦਾ ਕੀਤੀਆਂ ਹੋਈਆਂ ਨੇ ਇਹਦੇ ਨਾਲ ਔਲਾਦ ਹੋਣੀ ਹੀ ਹੋਣੀ ਆ ਬੰਦੇ ਦੇ ਕੁਝ ਵੀ ਚਾਹੇ ਜਿੱਡੀ ਮਰਜ਼ੀ ਦਿੱਕਤ ਆ ਜਿੱਡੀ ਮਰਜ਼ੀ ਬੜੀ ਦਿੱਕਤ ਹੋਵੇ ਚਾਹੇ ਕਿੰਨੇ ਹੀ ਸਾਲ ਲੰਘੇ ਹੋਣ ਹਾਂਜੀ ਹਾਂਜੀ ਹੋਣੀ ਹੁਣੇ ਸਾਡੇ ਕੋਲ ਜੀ ਹੁਣ ਤੱਕ ਦੇ ਮੇਰੀ ਜ਼ਿੰਦਗੀ ਦੇ ਤਜਰਬੇ ਦੇ ਵਿੱਚ 48 ਸਾਲ ਦੀ ਲੇਡੀ ਦੇ ਵੀ ਔਰਤ ਦੇ ਬੱਚਾ ਪੈਦਾ ਹੋਇਆ ਹੈਗਾ ਜਿਹੜਾ 48 ਸਾਲ ਦੀ ਉਮਰ ਦੇ ਵਿੱਚ ਵੀ ਉਹਨਾਂ ਦੇ ਗਰਭ ਠਹਿਰਿਆ ਹੈਗਾ ਉਹਨਾਂ ਦਾ ਪਹਿਲਾਂ ਇੱਕ ਬੇਟਾ ਐਕਸਪਾਇਰ ਹੋ ਗਿਆ ਸੀਗਾ ਤੁਸੀਂ ਦੇਖੋ ਵੀ ਇਹ ਕੁਦਰਤ ਆ ਨਾ ਜਿਹੜੀ ਉਹ ਕਹ ਦਿੰਨੇ ਵੀ ਕਿਤੇ ਨਾ ਕਿਤੇ ਦਿਆ ਲਾ ਕੇ ਹੁੰਦੀ ਆ ਵੀ ਐਸ ਉਮਰ ਦੇ ਵਿੱਚ ਵੀ ਉਹਨਾਂ ਦੇ ਪ੍ਰੈਗਨਨਸੀ ਹੋਈ ਆ ਇਹ ਜੇ ਆਪਾਂ ਗੱਲ ਕਰੀਏ ਇਹ ਇਹ ਕਿ ਕਿਦੇ ਵਾਸਤੇ ਆ ਇਹ ਮੇਲ ਵਾਸਤੇ ਆ ਕਿ ਫੀਮੇਲ ਵਾਸਤੇ ਇਹ ਫੀਮੇਲ ਵਾਸਤੇ ਆ ਜੀ ਜਿਹੜੀ ਇਹ ਹਾਂ ਕਿਉਂਕਿ ਅੱਜ ਕੱਲ 95% ਪਰਸੈਂਟ ਜਿਹੜਾ ਲੇਡੀਜ਼ ਦੇ ਵਿੱਚ ਅਸੀਂ ਦਿੱਲੀ ਰੂਟੀਨ ਦੇ ਵਿੱਚ ਦੇਖਦੇ ਆ ਸਾਡਾ ਰੋਜ਼ ਦਾ ਤਜਰਬਾ ਉਹ ਸਾਰਾ ਕੁਝ ਏਡ ਏਡੀਆਂ ਫੈਲਾਂ ਚੱਕ ਕੇ ਲਿਆਉਂਦੇ ਨੇ ਹੈਗੀਆਂ ਲੋਕ ਜਿਹੜੇ ਕਪਲ ਸਾਡੇ ਕੋਲ ਫੈਲਾਂ ਚੱਕ ਕੇ ਲਿਆਉਂਦੇ ਨੇ ਉਹ ਕਹਿੰਦੇ ਨੇ ਜੇ ਵੀ ਸਾਡੀ ਹੈਗਾ ਜਿਹੜੇ ਰਿਪੋਰਟ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨੁਕਸਨ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਿੱਕਤ ਨਹੀਂ ਹੈਗੀ ਪਰ ਪ੍ਰੈਗਨੈਂਸੀ ਫਿਰ ਵੀ ਨਹੀਂ ਹੋ ਰਹੀ ਉੱਥੇ ਕੀ ਹੁੰਦਾ ਬੱਚੇਦਾਨੀ ਦੇ ਵਿੱਚ ਗਰਮੀ ਔਰ ਬੱਚੇਦਾਨੀ ਦੀ ਕਮਜ਼ੋਰੀ ਇਹ ਮੇਨ ਕਾਰਨ ਹੁੰਦਾ ਜਿਹੜੀ ਇਹ ਮੇਨ ਇਹ ਪੰਜੀਰੀ ਹੈ ਉਸੇ ਚੀਜ਼ ਨੂੰ ਦੂਰ ਕਰਦੀ ਹੈ ਜਿਹਦਾ ਅੰਡਾ ਨਹੀਂ ਬਣਦਾ ਹੈਗਾ ਅੰਡਾ ਨਹੀਂ ਬਣਦਾ ਹੈਗਾ ਉਹਨੂੰ ਦਿਨਾਂ ਚ ਅੰਡਾ ਬਣਨ ਲਾ ਜਾਂਦੀ ਹੈ ਪਰ ਇਹਦੇ ਨਾਲ ਪਰਹੇਜ਼ ਵੀ ਕਾਫੀ ਹੋਣਗੇ ਕਿਉਂਕਿ ਅਗਲਾ ਕਹਿੰਦਾ ਹੁੰਦਾ ਕਿ ਭਾਈ ਪਰਹੇਜ਼ ਬਾਹਲੇ ਜਿਆਦਾ ਹੁੰਦੇ ਦੇਖੋ ਜੀ ਪਰਹੇਜ਼ ਰੱਖੇ ਤੇ ਅੱਜ ਕੱਲ ਲੋਕ ਡਰ ਜਾਂਦੇ ਆ ਮੈਂ ਦੇਖੋ ਇੱਕ ਗੱਲ ਕਹੂੰਗਾ ਵੀ ਜਿਹੜਾ ਇਨਸਾਨ ਆਪਣੇ ਸਰੀਰ ਵਾਸਤੇ ਪਰਹੇਜ਼ ਨਹੀਂ ਨਾ ਕਰ ਸਕਦਾ ਉਹ ਦੁਨੀਆ ਪਰ ਜਿਹਹਾ ਜ ਆਇਆ ਨਹਿਜਾ ਨਾ ਆਇਆ ਉਹ ਦੁਨੀਆ ਪਰ ਕਿਸੇ ਵਾਸਤੇ ਵੀ ਕੁਝ ਨਹੀਂ ਕਰ ਸਕਦਾ ਜਿਨੇ ਆਪਣੇ ਵਾਸਤੇ ਕੁਝ ਨਹੀਂ ਕਰਿਆ ਦਰਸ਼ਕ ਦਰਸ਼ਕ ਦੇਖ ਰਹੇ ਹੋਣਗੇ ਬਹੁਤ ਕੀ ਪਤਾ ਕੋ ਜੋੜੇ ਵੀ ਐਸੇ ਹੋਣ ਜੇ ਕੋਈ ਦੇਖ ਰਿਆ ਹੋਵੇ ਉਹਨੂੰ ਸ਼ਾਇਦ ਇੱਕ ਆਸ਼ਾ ਦੀ ਕਿਰਨ ਆਪਾਂ ਕਹਿੰਦੀ ਹੈ ਉਮੀਦ ਜਾਗੀ ਹੋਵੇ ਤਾਂ ਤੁਸੀਂ ਆਪਣਾ ਮੋਬਾਈਲ ਨੰਬਰ ਜ਼ਰੂਰ ਦੱਸੋ ਹਾਂਜੀ ਸਾਡਾ ਮੋਬਾਈਲ ਹੈਗਾ ਜਿਹੜਾ 7009984421 ਸਾਡਾ ਐਡਰੈਸ ਹੈਗਾ ਜੀ ਉੱਚਾ ਪਿੰਡ ਸੰਘੋਲ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮਰਿੰਡਾ ਤੇ ਖਮਾਣੋ ਸ਼ਹਿਰ ਦੇ ਵਿਚਕਾਰ ਪੈ ਜਾਂਦਾ ਹੈ ਚੰਡੀਗੜ੍ਹ ਲੁਧਿਆਣਾ ਹਾਈਵੇ ਦੇ ਉੱਤੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਜਿਵੇਂ ਕਿ ਦਰਸ਼ਕੋ ਗੱਲ ਇਦਾਂ ਆ ਜਾਂਦੀ ਆ ਕਿ ਭਾਈ ਅੱਜ ਦੇ ਸਮੇਂ ਦੇ ਵਿੱਚ ਭਾਵੇਂ ਬਹੁਤ ਜ਼ਿਆਦਾ ਐਡਵਾਂਸ ਹੋ ਗਏ ਆ ਪਰ ਇਹ ਗਿਣਤੀ ਇਹ ਰੇਸ਼ੋ ਸ਼ਾਇਦ ਵੱਧਦਾ ਜਾ ਰਿਹਾ ਹੈ ਉਮੀਦ ਹੈ ਹੀ ਰੱਖਾਂਗੇ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਦ ਤੱਕ ਲਈ ਮੈਨੂੰ ਜਣੀ ਹਰਮਿੰਦਰ ਖੰਨੇ ਨੂੰ ਦੋ ਇਜਾਜ਼ਤ ਦੇ ਦੇਰੋ ਰਹਿਮਾ ਟੀਵੀ ਧੰਨਵਾਦ